ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ। ਹਾਂਜੀ, ਆਪਾਂ ਬਣਾਉਣ ਲੱਗੇ ਅੱਜ ਮੂਲੀਆਂ ਵਾਲੇ ਪਰੌਂਠੇ। ਤੇ ਇਧਰ ਆਪਾਂ ਆਟਾ ਛਾਣ ਲਿਆ ਤੇ ਇਹ ਧਨੀਆ ਕੱਟ ਲਿਆ ਬਰੀਕ ਬਰੀਕ, ਤੇ ਦੋ ਆਪਾਂ ਬਰੀਕ ਪਿਆਜ਼ ਕੱਟ ਲਿਆ। ਤੇ ਇਧਰ ਜੀ ਆਪਾਂ ਪਾਇਆ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ। ਪਰੌਂਠੇ ਇਹਦੇ ਨਾਲ ਬਹੁਤ ਵਧੀਆ ਬਣਦੇ ਆ ਜਦੋਂ ਆਪਾਂ ਕੁੱਟ ਕੇ ਪਾਉਣੇ ਨੇ, ਜਾਂ ਮਿਕਸੀ ਕੱਪ 'ਚ ਗ੍ਰੈਂਡ ਕਰਕੇ ਪਾ ਦਈਏ। ਅਦਰਕ ਅਤੇ ਹਰੀਆਂ ਮਿਰਚ। ਹਾਂਜੀ, ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਲੂਣ ਮਿਰਚ, ਸਵਾਦ ਦੇ ਹਿਸਾਬ ਨਾਲ। ਹਾਂਜੀ, ਹੁਣ ਪਾਵਾਂਗੇ ਇਹਦੇ ਵਿੱਚ ਲੂਣ ਮਿਰਚ ਆਪਣੇ ਸਵਾਦ ਦੇ ਅਨੁਸਾਰ। ਪਹਿਲਾਂ ਨਮਕ ਪਾਤਾ, ਇਹ ਪਾਵਾਂਗੇ ਆਪਾਂ ਇੱਕ ਗਰਮ ਮਸਾਲੇ ਦਾ ਚਮਚਾ। ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚਾ, ਆਪਾਂ ਅਜਵਾਇਣ ਦਾ ਪਾਵਾਂਗੇ ਇੱਕ ਚਮਚਾ, ਜੀਰੇ ਦਾ ਪਾ ਦਾਂਗੇ। ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਪਹਿਲਾਂ। ਅਤੇ ਇੱਧਰ ਆਪਾਂ ਮੂਲੀਆਂ ਕੱਦੂਕਸ ਕਰਕੇ ਰੱਖ ਲਈਆਂ ਸੀਗੀਆਂ, ਧੋ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਈਆਂ। ਅਤੇ ਇਹਨਾਂ ਨੂੰ ਆਪਾਂ ਆਟੇ ਦੇ ਵਿੱਚ ਹੀ ਗੁੰਨ ਕੇ ਬਣਾਉਣੇ ਆ ਅੱਜ ਪਰੌਂਠੇ ਜਿਹੜੇ। ਅਤੇ ਆਪਾਂ ਭਰ ਕੇ ਬਣਾਉਣੇ ਹੁਣ ਤਾਂ ਆਪਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਪਾਣੀ ਨਿਚੋੜਨਾ ਪੈਂਦਾ, ਫਿਰ ਇਹਦੇ ਵਿੱਚ ਲੂਣ ਮਿਰਚ ਧਨੀਆ ਪਿਆਜ਼ ਪਾਉਣੇ ਪੈਂਦੇ ਆ। ਅਤੇ ਹੁਣ ਆਪਾਂ ਨੂੰ ਪਾਣੀ ਨਿਚੋੜਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਆਟੇ ਦੇ ਵਿੱਚ ਹੀ ਗੁੰਨਣਾ। ਇਸ ਤਰੀਕੇ ਨਾਲ ਵੀ ਬਹੁਤ ਵਧੀਆ ਪਰੌਂਠੇ ਬਣਦੇ ਆ। ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਅਤੇ ਉਸ ਤੋਂ ਬਾਅਦ ਜਿੰਨਾ ਕੁ ਲੋੜ ਹੋਊ ਨਾ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਆਟਾ ਗੁੰਨਣ ਵਾਸਤੇ। ਅਤੇ ਦੋ ਚਮਚੇ ਇਹਦੇ ਵਿੱਚ ਘਿਓ ਦੇ ਪਾਵਾਂਗੇ। ਹਾਂਜੀ, ਹੁਣ ਆਪਾਂ ਲੋੜ ਅਨੁਸਾਰ ਪਾ ਲਾਂਗੇ ਪਾਣੀ ਇਹਦੇ ਵਿੱਚ ਅਤੇ ਆਟਾ ਗੁੰਨ ਕੇ ਤਿਆਰ ਕਰ ਲੈਂਦੇ ਹਾਂ। ਅਤੇ ਚਲੋ ਜੀ, ਆਪਾਂ ਆਟਾ ਗੁੰਨ ਲਈਏ, ਉਸ ਤੋਂ ਬਾਅਦ ਮਿਲਦੇ ਹਾਂ। ਲਓ ਜੀ, ਆਪਾਂ ਆਟਾ ਗੁੰਨ ਲਿਆ ਸੀਗਾ ਅਤੇ 5-7 ਮਿੰਟ ਮੈਂ ਰੱਖ ਵੀ ਦਿੱਤਾ ਸੀ ਆਟਾ ਗੁੰਨ ਕੇ। ਹੁਣ ਬਣਾਉਣੇ ਆਪਾਂ ਪੇੜੇ। ਲਓ ਜੀ, ਆਪਾਂ ਹੁਣ ਵੇਲ ਲੈਂਦੇ ਹਾਂ ਅਤੇ ਆਪਾਂ ਰੋਟੀ ਦੀ ਤਰ੍ਹਾਂ ਹੀ ਬਣਾਵਾਂਗੇ ਗੋਲ, ਚੌਰਸ ਨਹੀਂ ਬਣਾਉਣੇ ਹੈਗੇ ਆਪਾਂ। ਲਓ ਜੀ, ਆਪਾਂ ਪਰੌਂਠਾ ਲਿਆ ਵੇਲ, ਇੱਧਰ ਆਪਾਂ ਰੱਖਤਾ ਤਵਾ ਗਰਮ ਹੋਣ ਵਾਸਤੇ। ਅਤੇ ਤਵੇ ਨੂੰ ਪਹਿਲਾਂ ਆਪਾਂ ਚੋਪੜ ਲਈਏ ਅਤੇ ਘਿਓ ਲਾ ਲੈਂਦੇ ਹਾਂ। ਲਓ ਜੀ, ਆਪਾਂ ਸਾਈਡ ਬਦਲਤੀ ਹੈ, ਚੰਗੀ ਤਰ੍ਹਾਂ ਨੂੰ ਸੇਕ ਲਈਏ ਅਤੇ ਘਿਓ ਲਾ ਲਈਏ ਆਪਾਂ ਦੋਨੀ ਸਾਈਡਾਂ 'ਤੇ। ਆਪਾਂ ਇਹਦੇ ਘਿਓ ਲਾਵਾਂਗੇ। ਹਾਂਜੀ, ਆਪਾਂ ਇੱਧਰਲੇ ਪਾਸੇ ਘਿਓ ਲਾ ਦਿੰਦੇ ਹਾਂ ਚੰਗੀ ਤਰ੍ਹਾਂ। ਆਟੇ ਦੇ ਵਿੱਚ ਗੁੰਨ ਕੇ ਵੀ ਵਧੀਆ ਬਣ ਜਾਂਦੇ ਆਪਣੇ ਪਰੌਂਠੇ, ਜੇ ਆਪਾਂ ਭਰ ਕੇ ਬਣਾਉਣੇ ਤਾਂ ਵੀ ਵਧੀਆ ਬਣ ਜਾਂਦੇ, ਡਬਲ ਵੀ ਬਣ ਜਾਂਦੇ ਜਿਵੇਂ ਆਪਾਂ ਦੋ ਰੋਟੀਆਂ ਜੋੜ ਕੇ ਬਣਾਉਣੇ। ਇਸ ਤਰ੍ਹਾਂ ਵੀ ਪੂਰੇ ਵਧੀਆ ਬਣਦੇ ਆ, ਸਾਰੇ ਭਰੇ ਵੀ ਵਧੀਆ ਬਣਦੇ ਆ। ਮੂਲੀਆਂ ਜਿਹੜੀਆਂ ਜ਼ਿਆਦਾ ਪਾ ਦਿੰਦੇ ਆਪਾਂ ਇਹਦੇ ਵਿੱਚ। ਲਓ ਜੀ, ਆਪਣਾ ਪਰੌਂਠਾ ਦੇ ਬਾਣ। ਅਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਰੌਂਠੇ ਜਿਹੜੇ ਬਣਾ ਲੈਂਦੇ ਹਾਂ। ਲਓ ਜੀ, ਆਪਣੇ ਪਰੌਂਠੇ ਬਣ ਗਏ ਆ ਮੂਲੀਆਂ ਵਾਲੇ। ਅਤੇ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।